ਇਸ ਵੇਲੇ ਫਰੀਦਕੋਟ ਤੋਂ MP ਸਰਦਾਰ ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਹੁੰ ਚੁੱਕਣ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ, ਤੇ ਉਸ ਦੇ ਵਿੱਚ ਤੁਹਾਡਾ ਨਾਮ ਸਾਹਮਣੇ ਆ ਰਿਹਾ ਕਿ ਤੁਸੀਂ ਲੋਕ ਸਭਾ ਸਪੀਕਰ ਦੇ ਨਾਲ ਮੁਲਾਕਾਤ ਕਰਕੇ ਇਹ ਸਭ ਕੁਝ ਹੈ ਜਿਹੜਾ ਪੋਸੀਬਲ ਕਰਾਇਆ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਉਹ ਮੈਂ ਮਿਲਿਆ ਸੀ ਜੀ ਹੁਣ ਜੀ। ਪਹਿਲਾਂ ਵੀ ਮੈਂ ਉਹਨਾਂ ਦੇ ਬਿਰਲਾ ਜੀ ਦੇ ਨਾ ਪਰਸਨਲ ਅਸਿਸਟੈਂਟ ਹੈ ਦੱਤਾ ਜੀ ਜੀ, ਉਹਨਾਂ ਨੂੰ ਵੀ ਜੀ ਮੈਂ 2 ਵਾਰੀ ਮਿਲਿਆ, 2-3 ਵਾਰੀ, ਤੇ ਹੁਣ ਵੀ ਮੈਂ ਆਪਣਾ ਅੱਜ ਫਿਰ ਸੀਗੇ ਨੀ ਉਹ ਪਾਰਲੀਮੈਂਟ ਦੇ ਵਿੱਚ ਸੈਸ਼ਨ ਖਤਮ ਹੋ ਗਿਆ ਨਾ, ਫਿਰ ਮੈਂ ਜੀ ਓਮ ਬਿਰਲਾ ਜੀ ਦੇ ਘਰੇ ਗਿਆ ਸੀ ਜੀ, ਫਿਰ ਉਹਨਾਂ ਦੇ ਰੈਜੀਡੈਂਸ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਜੀ, 20 ਅਕਬਰ ਰੋਡ ਤੇ ਜੀ। ਉੱਥੇ ਜਾ ਕੇ ਫਿਰ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਬਈ 5 ਤਰੀਕ ਨੂੰ ਅਸੀਂ ਬਈ ਸਹੁੰ ਚੁਕਾ ਰਹੇ ਹਾਂ ਜੀ। ਹਾਂ, ਇਹ ਇਹ ਜਿਹੜੀ ਸਹੁੰ ਚੁੱਕਣ ਦੀ ਪਰਮਿਸ਼ਨ ਹੈ, ਤੇ ਨਾਲੇ ਖਾਲਸਾ ਜੀ ਇਹ ਕਿਹਾ ਜਾ ਰਿਹਾ ਸੀ ਕਿ ਉਧਰ ਡਿਬਰੂਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਇਹਦੇ ਚ ਕੋਈ ਨਾ ਕੋਈ ਰੋਲ ਹੋਏਗਾ, ਤੇ ਉਧਰਲੇ ਪਾਸਿਓਂ ਵੀ ਇਹ ਤਾਂ ਇਹਦਾ ਮਤਲਬ ਹੈ ਕਿ ਹਰੀ ਝੰਡੀ ਮਿਲ ਚੁੱਕੀ ਹੈ ਪ੍ਰਸ਼ਾਸਨ ਵਾਲੇ ਪਾਸਿਓਂ। ਹਾਂਜੀ ਹਾਂਜੀ, ਹੁਣ ਸਾਰੇ ਪਾਸੋਂ ਹਰੀ ਝੰਡੀ ਹੈ ਜੀ ਜੀ। ਹਾਂ, ਤੇ ਖਾਲਸਾ ਜੀ ਇਹਦੇ ਬਾਬਤ ਤੁਹਾਡੀ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਤੋਂ ਬਾਅਦ ਦੇ ਵਿੱਚ? ਹਾਂਜੀ, ਬਾਅਦ ਚ ਵੀ ਹੋਈ ਆ, ਪਹਿਲਾਂ ਵੀ ਉਹਨਾਂ ਨੇ ਮੇਰੀ ਡਿਊਟੀ ਲਾਈ ਸੀ ਜੀ। ਐਕਚੁਅਲੀ ਗੱਲ ਇਹ ਹੈ ਨਾ ਜੀ, ਬਈ ਹੁਣ ਮੈਂ ਮੈਂਬਰ ਆ ਤੇ ਮੈਂ ਜਿਵੇਂ ਮਰਜ਼ੀ ਅੰਦਰ ਘੁੰਮਾਂ ਜੀ, ਜਿਹਦੇ ਕੋਲ ਮਰਜ਼ੀ ਜਾ ਸਕਦਾ ਹੈ, ਫਿਰ ਐਵੇਂ ਕੋਈ ਆਊਟਸਾਈਡਰ ਐਵੇਂ ਅਲਾਊਡ ਨਹੀਂ ਹੈ। ਬਿਲਕੁਲ ਜੀ, ਤੇ ਫਿਰ ਉਹਨਾਂ ਨੇ ਮੈਨੂੰ ਡਿਊਟੀ ਲਾਈ ਸੀ ਤੇ ਮੈਂ ਉਹਨਾਂ ਦੀ ਜੋ ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਤੇ ਮੈਂ ਆਪਣਾ ਫਰਜ਼ ਨਿਭਾਤਾ ਜੀ। ਜੀ, ਇੱਕ ਹੋਰ ਸਵਾਲ ਹੈ ਖਾਲਸਾ ਜੀ, ਕੋਈ ਸਮੇਂ ਦਾ ਪਤਾ ਲੱਗਿਆ ਕਿ ਕਿੰਨੇ ਕੁ ਵਜੇ ਉਹਨਾਂ ਨੂੰ ਲੈ ਕੇ ਆਇਆ ਜਾਏਗਾ, ਕਿਸ ਤਰੀਕੇ ਦੇ ਨਾਲ ਲੈ ਕੇ ਆਇਆ ਜਾਏਗਾ, ਔਰ ਕੀ ਚੈਂਬਰ ਦੇ ਵਿੱਚ ਜੀ? ਮੇਰੇ ਖਿਆਲ ਨਾਲ ਜੀ 11-12 ਦਾ ਹੀ ਹੋਏਗਾ ਜੀ, 12 ਵਜੇ ਦਾ ਸਮਾਂ ਹੋਏਗਾ ਜੀ। ਇਹ ਸੌ ਚੈਂਬਰ ਦੇ ਵਿੱਚ ਚੁਕਾਈ ਜਾਣੀ ਹੈ ਜਾਂ ਫਿਰ ਇਹ ਨਹੀਂ ਜੀ, ਨਹੀਂ ਸਦਨ ਤਾਂ ਬੰਦ ਹੈ ਨਾ ਜੀ, ਉਹਨਾਂ ਦੇ ਪਰਸਨਲ ਰੂਮ ਦੇ ਵਿੱਚ, ਚੈਂਬਰ ਦੇ ਵਿੱਚ ਜੀ। ਮਤਲਬ ਕਿ ਜਿਸ ਦਿਨ ਰਾਸ਼ਿਦ ਇੰਜੀਨੀਅਰ ਹੋਰੀ ਸਹੁੰ ਚੁੱਕਣਗੇ ਉਸੇ ਦਿਨ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀ ਹੋਣਗੇ। ਬਿਲਕੁਲ ਬਿਲਕੁਲ ਜੀ, ਬਿਲਕੁਲ ਰਾਈਟ ਜੀ। ਸਰਬਜੀਤ ਸਿੰਘ ਖਾਲਸਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਕਾਈ ਨਿਊਜ਼ ਪੰਜਾਬ ਨੂੰ ਸਮਾਂ ਦੇਣ ਦੇ ਲਈ ਜੀ।